ਤਾਂ ਜਸਟਿਸ ਰਣਜੀਤ ਸਿੰਘ ਬੇਅਦਬੀ ਮਸਲੇ ਤੇ ਜਾਂਚ ਕਰਦੇ ਤਾਂ ਹੁਣ ਉਹਨਾਂ ਦੀ ਕਿਤਾਬ ਆਉਂਦੀ ਆ 554 ਪੰਨਿਆਂ ਦੀ ਉਹਦੇ ਚ ਅਕਾਲੀ ਦਲ ਦੀ ਪ੍ਰਕਾਸ਼ ਸਿੰਘ ਬਾਦਲ ਦੀ ਉਹਨਾਂ ਦੀ ਭੂਮਿਕਾ ਤੇ ਜਿਹੜੇ ਸਵਾਲ ਆ ਉਹ ਚੁੱਕੇ ਗਏ। ਦੇਖੋ ਇਹ ਇੱਕ ਡਰਾਮਾ ਹੈ, ਕਾਂਗਰਸ ਉਦੋਂ ਇਹਨੂੰ ਇਸ ਡਰਾਮੇ ਨੂੰ ਇੰਨਾ ਜ਼ੋਰਦਾਰ ਪੁੱਟ ਕਰ ਗਈ ਔਰ ਵੱਡਾ ਝੂਠ ਮਾਰ ਗਈ ਕਿ ਅਸੀਂ ਲੋਕਾਂ ਦੇ ਕਰਜ਼ੇ ਮਾਫ ਕਰਾਂਗੇ। ਐਮਐਲਏ ਨੇ ਲੋਕਾਂ ਦੇ ਨਾਲ ਬਦਤਮੀਜ਼ੀ ਕੀਤੀ, ਜੋ ਉਹਨੇ ਹਲਕੇ 'ਚ ਲੁੱਟ ਕੀਤੀ, ਜੋ ਉਹਨੇ ਹਲਕੇ 'ਚ ਝੂਠ ਮਾਰਿਆ, ਅੱਜ ਉਹਦਾ ਇਵਜਾਨਾ ਕਾਂਗਰਸ ਭੁਗਤ ਰਹੀ ਹੈ ਔਰ ਉਹਨੂੰ ਪਿੰਡਾਂ 'ਚ ਲੋਕ ਪ੍ਰਚਾਰ ਵਾਸਤੇ ਕਬੂਲ ਨਹੀਂ ਕਰ ਰਹੇ। ਮੰਨਦਾ ਨਹੀਂ ਆਪਦੇ ਆਪ ਨੂੰ, ਮੇਰਾ ਤਾਂ ਇੱਥੋਂ 14 ਕਿਲੋਮੀਟਰ ਜਮਲੀ ਦੀ ਰਿਹਾਇਸ਼ ਹੈ ਔਰ ਜਿਹੜਾ ਇਸ ਪਿੰਡ ਦਾ ਚੱਕ ਰਾਮ ਸਿੰਘ ਵਾਲਾ ਪਿੰਡ ਹੈ, ਮੇਰੇ ਪਿੰਡ ਦਾ ਤੇ ਉਸ ਪਿੰਡ ਦਾ 4 ਕਿਲੋਮੀਟਰ ਦਾ ਫਰਕ ਹੈ ਔਰ ਮੈਂ ਪਹਿਲਾਂ 2 ਸਾਲ ਇਸ ਹਲਕੇ 'ਚ ਸੇਵਾ ਕੀਤੀ ਹੈ। ਐਮਐਲਏ ਹੁੰਦਿਆਂ ਸਰਕਾਰ ਆਪਣੀ ਸੀਗੀ, ਐਮਐਲਏ ਹੁੰਦਿਆਂ ਮੈਂ ਜਿਹੜੀ ਸੇਵਾ ਕੀਤੀ ਹੈ। ਥੋੜਾ ਜਿਹਾ ਟਿੱਬਿਆਂ ਦਾ ਹਲਕਾ ਹੈ, ਪਾਣੀ ਦੀ ਇੱਥੇ ਜਿਹੜੀ ਖੇਤੀ ਪਾਣੀ ਦੇ ਖੇਤੀ ਵਾਲਾ ਪਾਣੀ, ਵੈਸੇ ਸਾਡੀ ਸਰਕਾਰ ਨੇ ਫੈਸਲਾ ਕਰ ਲਿਆ ਕਿ ਸਰਕਾਰ ਆਉਂਦੇ ਹੀ ਅੰਡਰਗਰਾਊਂਡ ਪਾਈਪਾਂ ਪਾ ਕੇ ਸਾਰਾ ਇਰੀਗੇਸ਼ਨ ਪਾਣੀ ਨਹਿਰ ਤੋਂ ਖੇਤੀ ਤੱਕ ਖੇਤ ਤੱਕ ਅਸੀਂ ਅੰਡਰਗਰਾਊਂਡ ਪਾਈਪਾਂ ਨਾਲ ਪਾਵਾਂਗੇ। ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਜਗਵੰਤ ਪ੍ਰਾੜ। ਦੋਸਤੋ, ਸਿਆਸੀ ਪਾਰਾ ਲਗਾਤਾਰ ਚੜਿਆ ਹੋਇਆ, ਜਿਹੜੇ ਉਮੀਦਵਾਰ ਨੇ ਉਹਨਾਂ ਦੁਆਰਾ ਪ੍ਰਚਾਰ ਕੀਤਾ ਜਾ ਰਿਹਾ, ਦਫ਼ਤਰਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ। ਤਾਂ ਇਸ ਵਕਤ ਗੋਂਡਿਆਂ ਮੰਡੀ ਮੌਜੂਦ ਆ, ਜਿੱਥੇ ਉੱਚੋ ਮੰਡੀ ਤੋਂ ਅਕਾਲੀ ਦਲ ਦੇ ਜੋ ਉਮੀਦਵਾਰ ਨੇ ਦਰਸ਼ਨ ਸਿੰਘ ਕੋਟਫਤਾ, ਉਹਨਾਂ ਦੁਆਰਾ ਉਦਘਾਟਨ ਕੀਤਾ ਗਿਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ। ਕੋਟਫਤਾ ਸਾਹਿਬ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਤਾਂ ਕੋਟਫਤਾ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਜਿਹੜੀ ਉੱਚੋ ਮੰਡੀ ਆ, ਹੌਟ ਸੀਟ ਬਣੀ ਹੋਈ ਹੈ ਕਿਉਂਕਿ ਪਹਿਲਾਂ ਕਾਂਗਰਸ ਦੇ ਇੱਥੋਂ ਐਮਐਲਏ ਸੀਗੇ, ਤੇ ਲੱਗਦਾ ਵੀ ਜਿਵੇਂ ਅੱਜ ਉਦਘਾਟਨ ਕੀਤਾ ਦਫ਼ਤਰ ਦਾ, ਇਹ ਦਫ਼ਤਰ ਆ ਜਿਹੜਾ ਵਿਧਾਨ ਸਭਾ ਦੇ ਪੌੜੀਆਂ ਚੜਾਉ। ਯੈਸ, ਬਿਲਕੁਲ ਠੀਕ ਹੈ। ਪਿਛਲੇ 15 ਸਾਲਾਂ ਤੋਂ ਲਗਾਤਾਰ ਇੱਥੇ ਕਾਂਗਰਸ ਦੇ ਕੈਂਡੀਡੇਟ ਜਿੱਤਦੇ ਰਹੇ। 10 ਸਾਲ ਵਾਸਤੇ ਭੱਟੀ ਰਿਹਾ, ਉਦੋਂ ਆਪਣੀ ਆਪਦੀ ਸਰਕਾਰ ਸੀ ਅਕਾਲੀ ਦਲ ਦੀ, ਬਦਕਿਸਮਤੀ ਹਲਕੇ ਦੀ ਕਿ ਉਸ ਵੇਲੇ ਇੱਥੋਂ ਸਾਡਾ ਐਮਐਲਏ ਨਹੀਂ ਸੀ, ਜਿਹਦੇ ਸਦਕਾ ਬੜਾ ਨੁਕਸਾਨ ਹੋਇਆ। ਜੋ ਗੱਲਾਂ ਇੱਕ ਐਮਐਲਏ ਨੇ ਹਲਕੇ 'ਚੋਂ ਤੁਰ ਫਿਰ ਕੇ ਜਾਂ ਪਿੰਡਾਂ 'ਚ ਜਾ ਕੇ ਲੋਕਾਂ ਤੋਂ ਮਿਲ ਕੇ ਦੁੱਖ ਤਕਲੀਫਾਂ ਉਹਨਾਂ ਦੀਆਂ ਪੁੱਛ ਕੇ ਪੰਜਾਬ ਦੀ ਸਰਕਾਰ ਕੋਲ ਪਹੁੰਚਾਉਣੀਆਂ ਹੁੰਦੀਆਂ, ਉਹ ਨਹੀਂ ਪਹੁੰਚੀਆਂ। ਪਰ ਉਸ ਦੇ ਬਾਵਜੂਦ ਵੀ ਸਾਡੀ ਚੰਗੀ ਕਿਸਮਤ ਇਹ ਸੀ ਕਿ ਇੱਥੋਂ ਬੀਬਾ ਹਰਸਿਮਰਤ ਕੌਰ ਬਾਦਲ ਐਮਪੀ ਸੀ ਹੈ, ਜਿਹਦੇ ਕਰਕੇ ਸਾਨੂੰ ਉਹ ਸਹੂਲਤਾਂ ਮਿਲਦੀਆਂ ਤਾਂ ਰਹੀਆਂ। ਪਰ ਕਿਉਂਕਿ ਐਮਪੀ ਨੇ 750 ਪਿੰਡ ਦੇਖਣਾ ਹੁੰਦਾ ਹੈ, ਜਿਸ ਤਰ੍ਹਾਂ ਐਮਐਲਏ ਇਕੱਲੇ ਇਕੱਲੇ ਬੰਦੇ ਤੱਕ ਪਹੁੰਚ ਕਰਨੀ ਚਾਹੁੰਦਾ ਹੈ, ਭਾਵੇਂ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੋਸ਼ਿਸ਼ ਕੀਤੀ ਇਕੱਲੇ ਇਕੱਲੇ ਪਿੰਡ ਪਹੁੰਚ ਕੇ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਨੂੰ ਸੁਣ ਕੇ ਉਹਨਾਂ ਨੂੰ ਹੱਲ ਕਰਨ ਦੀ, ਪਰ ਐਮਐਲਏ ਦੀ ਜਿਹੜੀ ਘਾਟ ਸੀ ਉਹ ਹਮੇਸ਼ਾ ਮਹਿਸੂਸ ਹੁੰਦੀ ਰਹੀ। ਅਗਲੇ ਜਿਹੜੇ 5 ਸਾਲ ਸੀਗੇ, ਹੁਣ ਜਿਹੜੀ ਸਰਕਾਰ ਗਈ ਹੈ ਕਾਂਗਰਸ ਦੀ, ਉਹਦੇ 'ਚ ਐਮਐਲਏ ਵੀ ਕਾਂਗਰਸ ਦਾ ਸੀ ਔਰ ਸਰਕਾਰ ਵੀ ਕਾਂਗਰਸ ਦੀ ਸੀ। ਪਰ ਜੋ ਇਸ ਹਲਕੇ 'ਚ ਉਸ ਐਮਐਲਏ ਨੇ ਲੋਕਾਂ ਦੇ ਨਾਲ ਬਦਤਮੀਜ਼ੀ ਕੀਤੀ, ਜੋ ਉਹਨੇ ਹਲਕੇ 'ਚ ਲੁੱਟ ਕੀਤੀ, ਜੋ ਉਹਨੇ ਹਲਕੇ 'ਚ ਝੂਠ ਮਾਰਿਆ, ਅੱਜ ਉਹਦਾ ਇਵਜਾਨਾ ਕਾਂਗਰਸ ਭੁਗਤ ਰਹੀ ਹੈ ਔਰ ਉਹਨੂੰ ਪਿੰਡਾਂ 'ਚ ਲੋਕ ਪ੍ਰਚਾਰ ਵਾਸਤੇ ਕਬੂਲ ਨਹੀਂ ਕਰ ਰਹੇ। ਉਹਦੀ ਜਿਹੜੀ ਐਂਟਰੀ 'ਤੇ ਤਕਰੀਬਨ ਕਈ ਪਿੰਡਾਂ ਨੇ ਉਹਦਾ ਬਹੁਤ ਜਿਹੜਾ ਮਾੜਾ ਸਲੂਕ ਹੋਇਆ। ਮੈਂ ਵੈਸੇ ਜਿਵੇਂ ਤੁਸੀਂ ਕਹਿ ਰਹੇ ਹੋ ਤਮਾਮ ਗੱਲਾਂ ਵੀ 15 ਸਾਲ ਤੋਂ ਇੱਥੇ ਕਾਂਗਰਸ ਦੇ ਐਮਐਲਏ ਹੈਗੇ ਆ, ਲੱਗਦਾ ਵੀ ਅਕਾਲੀ ਦਲ ਵੱਲੋਂ ਵੀ ਇਸ ਹਲਕੇ ਦੇ ਅੰਦਰ ਕਮੀ ਰਹੀ ਆ, ਕਿਉਂਕਿ ਪੈਰਾਸ਼ੂਟ ਰਾਹੀਂ ਕਿਤੇ ਨਾ ਕਿਤੇ ਜਿਹੜੇ ਉਮੀਦਵਾਰ ਉਹ ਐਲਾਨੇ ਜਾਂਦੇ ਆ। ਇਸ ਤੋਂ ਪਹਿਲਾਂ ਹਰਪ੍ਰੀਤ ਸਿੰਘ ਕੋਟ ਭਾਈ ਸੀਗੇ, ਤੁਹਾਡੀ ਵੀ ਐਨ ਮੌਕੇ 'ਤੇ ਪਿਛਲੀ ਵਾਰ ਟਿਕਟ ਜਿਹੜੀ ਉਹ ਬਦਲ ਦਿੱਤੀ ਜਾਂਦੀ ਆ ਮਲੋਟ ਤੋਂ ਹੋ ਜਾਂਦੇ ਆ, ਤਾਂ ਇਸ ਵਾਰ ਫਿਰ ਤੁਹਾਨੂੰ ਇੱਥੇ ਚੋਣ ਮੈਦਾਨ 'ਚ ਉਤਾਰਿਆ? ਇਸ ਤਰ੍ਹਾਂ ਜੀ, ਦੇਖੋ ਮੈਂ ਤਾਂ ਪੈਰਾਸ਼ੂਟ ਮੰਨਦਾ ਨਹੀਂ ਆਪਦੇ ਆਪ ਨੂੰ, ਮੇਰਾ ਤਾਂ ਇੱਥੋਂ 14 ਕਿਲੋਮੀਟਰ ਜਮਲੀ ਦੀ ਰਿਹਾਇਸ਼ ਹੈ ਔਰ ਜਿਹੜਾ ਇਸ ਪਿੰਡ ਦਾ ਚੱਕ ਰਾਮ ਸਿੰਘ ਵਾਲਾ ਪਿੰਡ ਹੈ, ਮੇਰੇ ਪਿੰਡ ਦਾ ਤੇ ਉਸ ਪਿੰਡ ਦਾ 4 ਕਿਲੋਮੀਟਰ ਦਾ ਫਰਕ ਹੈ ਔਰ ਮੈਂ ਪਹਿਲਾਂ 2 ਸਾਲ ਇਸ ਹਲਕੇ 'ਚ ਸੇਵਾ ਕੀਤੀ ਹੈ। ਐਮਐਲਏ ਹੁੰਦਿਆਂ ਸਰਕਾਰ ਆਪਣੀ ਸੀਗੀ, ਐਮਐਲਏ ਹੁੰਦਿਆਂ ਮੈਂ ਜਿਹੜੀ ਸੇਵਾ ਕੀਤੀ ਹੈ। ਇਹ ਦੇਖੋ ਪਾਰਟੀਆਂ ਦੇ ਫੈਸਲੇ ਹੁੰਦੇ ਆ, ਪਾਰਟੀਆਂ ਨੇ ਇਹ ਦੇਖਣਾ ਹੁੰਦਾ ਕਿ ਕਿਹੜਾ ਕੈਂਡੀਡੇਟ ਕਿੱਥੇ ਸੂਟ ਕਰਦਾ। ਸੋ ਕੋਈ ਚਲੋ ਹੋ ਗਈਆਂ ਜਾਂ ਕਈ ਵਾਰੀ ਅਸੀਂ ਕਿਹੜਾ ਰੱਬ ਹਾਂ, ਸਾਤੋਂ ਵੀ ਕਮੀਆਂ ਕਮਜ਼ੋਰੀਆਂ ਰਹਿ ਜਾਂਦੀਆਂ,
कोई ओह जिया कमियां कमजोरियां रह गई पर पैराशूट वाली कोई गल नहीं यार। तो फिर मुकाबला किदे नाल मानदे हो आम आदमी पार्टी दे जगसीर सिंह? मुकाबला किसी नाल भी नहीं, मैं सीधा अज दी तुसी इस कट तो देख लो, लोकां दी आवाज तो देख लो। आम आदमी पार्टी वाले कह रहे हैं कहिंदे भगवंत मान सीएम फेस है, जिहड़े वर्कर आ उम्मीदवार जोश बहुत उहनां दे लुक रहे, ये जिहड़े अणजाण बच्चे या जिहड़े जिन्हां नूं इस गल नाल कोई सरोकार ही नहीं कि सरकारां दीआं ड्यूटियां की हुंदीआं, सरकारां ने लोकां च जाणा हुंदा है, उन्हां नूं इस गल नाल कोई सरोकार ही नहीं। इस हलके तो जिहड़ा हुण दुबारा तो कैंडीडेट बन के आया है ਉਹਨੂੰ ਲੋਕਾਂ ਨੇ 50,000 ਵੋਟ ਪਾਈ ਸੀ ਔਰ ਉਹਦੀ ਇਹ ਡਿਊਟੀ ਬਣਦੀ ਸੀ ਕਿ ਜਦ ਪਹਿਲੀ ਗੱਲ ਤਾਂ ਉਹਨੇ ਧੰਨਵਾਦ ਕਰਨਾ ਸੀ, ਉਹ ਧੰਨਵਾਦ ਕਰਨੀ ਆਇਆ ਹਲਕੇ 'ਚ ਔਰ 50,000 ਵੋਟ ਪਾਈ ਲੋਕਾਂ ਨੇ, 50,000 ਵੋਟ ਦੇ ਬਾਵਜੂਦ ਉਹ ਇੱਕ ਵਾਰ ਵੀ ਕਿਸੇ ਦੇ ਲੋੜ ਵੇਲੇ ਕਿਸੇ ਦੁੱਖ ਤਕਲੀਫ 'ਚ ਕਿਸੇ ਖੁਸ਼ੀ ਗਮੀ 'ਚ ਨਹੀਂ ਆਇਆ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਰਾਜਨੀਤੀ ਹੁੰਦੀ ਕੀ ਹੈ, ਲੋਕਾਂ ਦੇ ਵਿੱਚ ਰਹਿਣਾ ਹੁੰਦਾ, ਲੋਕਾਂ ਦੀ ਗੱਲ ਸੁਣਨੀ ਹੁੰਦੀ ਹੈ ਔਰ ਚਲੋ ਜੇ ਸਰਕਾਰ ਨਾ ਵੀ ਹੋਵੇ ਤਾਂ ਅਸੀਂ ਜਿਹੜੀ ਹੈ ਆਪਦੀ ਆਵਾਜ਼ ਜਿਹੜੀ ਸਰਕਾਰ ਤੱਕ ਕਿਵੇਂ ਨਾ ਕਿਵੇਂ ਪਹੁੰਚਾਉਣੀ ਹੁੰਦੀ ਹੈ, ਸੋ ਉਸ ਕਰਕੇ ਉਹਨੂੰ ਲੋਕ ਹੁਣ ਦੁਬਾਰਾ ਉਹਨੂੰ ਕਹਿ ਰਿਹਾ ਕਿ ਉਹ ਜਿਹੜਾ ਅਣਜਾਣ ਬੰਦਾ ਹੈ ਉਹਨੂੰ ਇਸ ਗੱਲ ਨਾਲ ਉਹਦਾ ਕੋਈ ਸਰੋਕਾਰ ਨਹੀਂ ਕਿ ਲੋਕ ਕਿਸ ਉਮੀਦ ਨਾਲ ਐਮਐਲਏ ਨੂੰ ਵੋਟਾਂ ਪਾਉਂਦੇ ਆ। ਸੋ ਮੇਰਾ ਮਕਾਦ ਜਿਹੜਾ ਹੋਣਾ ਹੈ, ਰੋਜ਼ ਮੈਂ ਪਿੰਡਾਂ 'ਚ ਰਹਿਣਾ ਔਰ ਪਿੰਡਾਂ ਵਾਲੇ ਮੰਨ ਰਿਹਾ ਕਿ ਅਸੀਂ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ ਨੂੰ। ਜਿਵੇਂ ਤੁਸੀਂ ਕਿਹਾ ਕਿ ਮੈਂ ਰੋਜ਼ ਪਿੰਡਾਂ 'ਚ ਰਹਿੰਦਾ ਤਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਤੁਸੀਂ ਵਿਚਰ ਰਹੇ ਹੋ ਲਗਾਤਾਰ, ਇਸ ਹਲਕੇ ਦੇ 5 ਜਿਹੜੇ ਵੱਡੇ ਕੰਮ ਕਿਹੜੇ ਲੱਗਦੇ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਰਨੇ ਪੈਂਦੇ ਆ ਜਾਂ ਕਮੀਆਂ ਹੈਗਾ? ਇੱਕ ਤਾਂ ਜਿਹੜੇ ਇੱਥੇ ਇਸ ਹਲਕੇ 'ਚ ਇਹ ਥੋੜ੍ਹਾ ਜਿਹਾ ਟਿੱਬਿਆਂ ਦਾ ਹਲਕਾ ਹੈ, ਪਾਣੀ ਦੀ ਇੱਥੇ ਜਿਹੜੀ ਖੇਤੀ ਪਾਣੀ ਦੇ ਖੇਤੀ ਵਾਲਾ ਪਾਣੀ, ਵੈਸੇ ਸਾਡੀ ਸਰਕਾਰ ਨੇ ਫੈਸਲਾ ਕਰ ਲਿਆ ਕਿ ਸਰਕਾਰ ਆਉਂਦੇ ਹੀ ਅੰਡਰਗਰਾਊਂਡ ਪਾਈਪਾਂ ਪਾ ਕੇ ਸਾਰਾ ਇਰੀਗੇਸ਼ਨ ਪਾਣੀ ਨਹਿਰ ਤੋਂ ਖੇਤੀ ਤੱਕ ਖੇਤ ਤੱਕ ਅਸੀਂ ਅੰਡਰਗਰਾਊਂਡ ਪਾਈਪਾਂ ਨਾਲ ਪਾਵਾਂਗੇ। ਪਾਣੀ ਦੀ ਇਸ ਹਲਕੇ 'ਚ ਸਾਡੇ ਹਲੇ ਵੀ ਪਿੰਡ ਹੈਗੇ ਆ ਜਿੱਥੇ ਖੇਤੀ ਵਾਸਤੇ ਪਾਣੀ ਨਹੀਂ ਹੈ, ਸਾਡੀ ਪਹਿਲੀ ਪ੍ਰਾਇਰਿਟੀ ਪਾਣੀ ਦੀ ਹੈ, ਪਾਣੀ ਸਾਰੇ ਜਿਹੜੇ ਪਹੁੰਚਾਉਣ ਦੀ, ਖੇਤੀ ਵਾਲਾ ਪਾਣੀ, ਪੀਣ ਵਾਲਾ ਪਾਣੀ ਔਰ ਜਿਹੜੀ ਐਜੂਕੇਸ਼ਨ ਨੂੰ ਲਾਈਨ 'ਤੇ ਲਿਆਉਣਾ। ਪਿੰਡਾਂ 'ਚੋਂ ਮੈਂ ਹੁਣੇ ਪਿੰਡਾਂ 'ਚੋਂ ਆਇਆ, ਮੈਂ ਸੀਗਾ ਭੈਣੀ ਪਿੰਡ, ਉੱਥੇ ਅੱਜ 35 ਬੰਦੇ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਮੈਂ ਸ਼ਾਮਿਲ ਕਰਾ ਕੇ ਆਇਆ। ਉਸ ਪਿੰਡ 'ਚ ਮਤਲਬ ਇੰਨਾ ਪਾਣੀ ਆਸੇ ਪਾਸੇ ਕਿ ਮੇਰੀ ਗੱਡੀ ਬੜੀ ਮੁਸ਼ਕਲ ਨਾਲ ਜਿੱਥੋਂ ਤੱਕ ਮੈਂ ਪਹੁੰਚਣਾ ਸੀ ਪਹੁੰਚ ਸਕੀ। ਸੋ ਪਾਣੀ ਪਿੰਡਾਂ 'ਚੋਂ ਪਾਣੀ ਦੀ ਨਿਕਾਸੀ ਔਰ ਪਿੰਡਾਂ 'ਚ ਜਿਹੜੀ ਨਸ਼ੇ ਦੀ ਜਿਹੜੀ ਮਾਰ ਹੈਗੀ, ਲੋਕ ਤੜਪੀ ਜਾਂਦੇ ਆ, ਕਾਂਗਰਸ ਨੇ ਐਤਕੀ ਹੱਦਾਂ ਟਪਾਤੀਆਂ ਨਸ਼ੇ ਵਾਲੀਆਂ, ਸਾਡਾ ਜਿਹੜਾ ਨਸ਼ਾ ਨੂੰ ਖਤਮ ਕਰਨ ਦਾ ਪਹਿਲਾ ਏਜੰਡਾ ਮੇਰਾ ਔਰ ਮੈਂ ਇਹ ਤਹੀਆ ਕੀਤਾ ਕਿ ਪੁੱਛੋ ਹਲਕੇ 'ਚ ਜੇ ਨਸ਼ਾ ਆਊਗਾ ਤਾਂ ਦਰਸ਼ਨ ਹੈ ਨਹੀਂ, ਜੇ ਦਰਸ਼ਨ ਹੈਗਾ ਤਾਂ ਨਸ਼ਾ ਹੀ। ਜਿਵੇਂ ਤੁਸੀਂ ਕੰਮ ਗਣਾਇਆ ਕਰਨ ਵਾਲੇ, ਲੱਗਦਾ ਵੀ ਇੱਥੇ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡੇ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਐਂਡ ਤੋਂ ਵੀ ਕਿਤੇ ਨਾ ਕਿਤੇ ਕਮੀ ਰਹੀ ਆ, ਐਮਪੀ ਲੈਡ ਜਿਹੜੇ ਫੰਡ ਮਿਲਦੇ ਆ ਸ਼ਾਇਦ ਉਹਦੇ 'ਚ ਵਿਕਾਸ ਹੋ ਜਾਂਦਾ? ਨਹੀਂ, ਐਮਪੀ ਲੈਡ ਤਾਂ ਦੇਖੋ ਇਹ ਹੈ ਕਿ ਕਿੱਡਾ ਵੱਡਾ ਹਲਕਾ ਹੈ ਔਰ ਹੁਣ ਪਿਛਲੇ 2 ਸਾਲਾਂ ਤੋਂ ਤਾਂ ਆਹ ਜਿਹੜਾ ਕੋਰੋਨਾ ਕਰਕੇ ਸਾਰੇ ਜਿਹੜੇ ਐਮਪੀ ਲੈਡ ਉਹਨਾਂ ਨੇ ਬੰਦ ਕਰਤੇ ਸੀਗੇ ਔਰ ਹੁਣ ਦੁਬਾਰਾ ਤੋਂ ਆਉਣਗੇ, ਪਰ ਜਿੰਨੀ ਵੀ ਅਸੀਂ ਹੁਣ ਪਿੰਡਾਂ 'ਚ ਡਿਵੈਲਪਮੈਂਟ ਕੀਤੀ ਹੈ ਐਮਪੀ ਫੰਡ ਨਾਲ, ਇਸ ਤੋਂ ਵੱਧ ਕਿਤੇ ਹੋ ਨਹੀਂ ਸਕਦੀ। ਤਾਂ ਜਸਟਿਸ ਰਣਜੀਤ ਸਿੰਘ ਬੇਅਦ ਵੀ ਮਸਲੇ ਤੇ ਜਾਂਚ ਕਰਦੇ, ਤਾਂ ਹੁਣ ਉਹਨਾਂ ਦੀ ਕਿਤਾਬ ਆਉਂਦੀ ਆ 554 ਪੰਨਿਆਂ ਦੀ, ਉਹਦੇ 'ਚ ਅਕਾਲੀ ਦਲ ਦੀ ਪ੍ਰਕਾਸ਼ ਸਿੰਘ ਬਾਦਲ ਦੀ ਉਹਨਾਂ ਦੀ ਭੂਮਿਕਾ ਦੇ ਜਿਹੜੇ ਸਵਾਲ ਆ ਉਹ ਚੁੱਕੇ ਗਏ। ਦੇਖੋ ਇਹ ਇੱਕ ਡਰਾਮਾ ਹੈ, ਕਾਂਗਰਸ ਉਦੋਂ ਇਹਨੂੰ ਇਸ ਡਰਾਮੇ ਨੂੰ ਇੰਨਾ ਜ਼ੋਰਦਾਰ ਪੁੱਟ ਕਰ ਗਈ ਔਰ ਵੱਡਾ ਝੂਠ ਮਾਰ ਗਈ ਕਿ ਅਸੀਂ ਲੋਕਾਂ ਦੇ ਕਰਜ਼ੇ ਮਾਫ਼ ਕਰਾਂਗੇ, ਅਸੀਂ ਘਰ ਘਰ ਨੌਕਰੀ ਦੇਵਾਂਗੇ, ਅਸੀਂ ਬੱਚਿਆਂ ਨੂੰ ਮੋਬਾਈਲ ਦੇਵਾਂਗੇ, ਉਹ ਇਹ ਡਰਾ ਕੋਈ ਹੈ ਨਹੀਂ ਸੀਗਾ। ਔਰ ਦੇਖੋ ਇਹ ਕਾਰਵਾਈਆਂ ਚੱਲਦੀਆਂ ਰਹਿੰਦੀਆਂ ਚੱਲਦੀ, ਤੁਸੀਂ ਇਹ ਦੱਸੋ ਕਿ ਚਲੋ ਸਾਡੀ ਸਰਕਾਰ ਦੇ ਤਾਂ ਥੋੜ੍ਹਾ ਸਮਾਂ ਸੀਗਾ, ਅਸੀਂ ਨਹੀਂ ਕਰ ਸਕੇ, ਕਾਂਗਰਸ ਦੇ 5 ਸਾਲ ਸੀਗੇ ਅਤੇ ਉਹ ਨਹੀਂ ਕੱਢ ਸਕੇ, ਉਹ ਕੱਢ ਕੇ ਦਿੰਦੇ, ਇਸ ਕਰਕੇ ਇਹ ਕੋਈ ਮੁੱਦਾ ਨਹੀਂ ਹੈ। ਇਹ ਤਾਂ ਉਦੋਂ ਜਿਹੜੇ ਮਤਲਬ ਲੋਕਾਂ ਦਾ ਜਿਹੜੇ ਸੋ ਕਾਲਡ ਅਕਾਲੀ ਦਲ ਦੇ ਵਿਰੋਧੀ ਲੋਕ ਸੀਗੇ ਉਹਨਾਂ ਨੇ ਇਸ ਗੱਲ ਨੂੰ ਜ਼ਿਆਦਾ। ਤਾਂ ਵਿਰੋਧੀਆਂ ਦੀ ਗੱਲ ਕੀਤੀ ਆ, ਜਿਹੜੇ ਤੁਹਾਡੇ ਸਾਥੀ ਸੀਗੇ ਭਾਜਪਾ ਵਾਲੇ, ਅੱਜ ਕੱਲ੍ਹ ਉਹ ਤੁਹਾਡੇ ਵਿਰੋਧੀ ਹੋਏ ਆ, ਅਤੇ ਉਹਨਾਂ ਦੀ ਸੀਟ ਜਿਹੜੀ ਆ ਸ਼ੇਅਰਿੰਗ ਉਹ ਹੋ ਚੁੱਕੀ ਆ, 66 'ਤੇ ਕਿੱਦਾਂ ਭਾਜਪਾ ਹੈਗੀ ਆ, 38 'ਤੇ ਜਿਹੜੇ ਆ ਕੈਪਟਨ ਸਾਹਿਬ ਹੈਗੇ ਅਤੇ 13 'ਤੇ ਹੈਗੇ ਸੰਯੁਕਤ, ਤਾਂ ਉਹਦਾ ਅਸਰ ਲੱਗਦਾ ਜਾਂ ਕਿੰਨਾ ਕੁ ਉਹ ਪਰਫਾਰਮ ਵਧੀਆ ਕਰ ਪਾਉਣਗੇ? ਅਸੀਂ ਜਿਹੜਾ ਸਾਡਾ ਉਹਨਾਂ ਨਾਲ ਸੀ ਪਿਛਲੇ 35 ਸਾਲਾਂ ਦਾ ਸੰਬੰਧ, ਅਸੀਂ ਉਹਨਾਂ ਨਾਲ ਰਲ ਕੇ ਸਰਕਾਰਾਂ ਬਣਾਉਂਦੇ ਸੀਗੇ,
असी जिहड़े एजेंडे है साडे मुद्दे है उन्हां मुद्दियां करके सरकारां बणदियां टुटदियां साडे उन्हां नाल मुद्दे नहीं सी रलदे असी उन्हां नाल जिहड़े उन्हां ने कानून लियांदे असी उन्हां नाल नहीं सी सहमत इस करके असी उन्हां नाल साडा राबता टुट गया हुण उन्हां ने आपदी करनी है असी आपदी जिवें तुसीं कहा कि कानूनां नाल सहमत नहीं सीगे हालांकि एक टाइम जिहड़ियां जिहड़ियां वीडियो भी ओह भी सामने ने जनतक ने अखबारां दीआं कटिंगां ने कि अकाली दल उन्हां कानूनां दे हक दे विच सीगा ते कानूनां तों निकलदे जिहड़े किसान जिहड़ी अंदोलन दी जित हुंदी है तां हुण उस दे विच पार्टी निकली आ तां पुच्चो मंडी दे विच वी किसानां दा कैंडीडेट खड़ा हो गया तां उहदा असर किन्ना वेखदे हो मुकाबले च है तुहाडे तां देखो पार्टियां इहदे जे इन्ना सौखा काम होवे ना कि एक बंदा खड़ा हो गया लोगों ने सारिया वोटा पातियां तो फिर तो सारा कुछ ही ना हो गया अलग अलग दिमाग होंगे अलग अलग मुद्दे होंगे उन्होंने मुद्दों करके पार्टियां बनदियां वो किहड़े मुद्दे चकदे आ वो किवें करदे आ ये उन्होंने डिपेंड करता बट साढ़े जिहड़े मुद्दे है उही है जिहड़े सब तो पहला जदों सुखबीर जी ने मैनू इस हल्के भेजिया वो कहिंदे कि इस हल्के लगातार 15 साल हो गए कांग्रेस नूं और हुण इह जिहड़ा इहदा जिहड़ा गढ़ है गढ़ यू अंडरस्टैंड ओह गढ़ नूं तू ही तोड़ सकदा है सो इहदे वास्ते मैनूं इत्थे भेजिया और मैं मेरा इह हुणे मैं अरदास करवा के हटिया आई बिलीव इन गॉड मैं परमात्मा च बहुत यकीन रखदा मैं इस सेवा नूं सिरे ला के नमस्कार सीएम चन्नी दे रिश्तेदारां दे घर ईडी दे छापे वज रहे 10 करोड़ करीब फड़िया गया नोटा दियां तांगां लगियां पईआं ओह एक्सप्लेन करनगे कित्थों आए आ जिहड़ा इह कहिंदा सीगा इस करके इह ਸਾਡਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਹ ਸਨ ਅਕਾਲੀ ਦਲ ਦੇ ਉਮੀਦਵਾਰ ਦਰਸ਼ ਸਿੰਘ ਕੋਟਫਤਾ ਜਿਨ੍ਹਾਂ ਨੇ ਜਿਹੜੇ ਮੁੱਦੇ ਗਿਣਾਏ ਆ ਇਸ ਹਲਕੇ ਦੇ ਉਹਨਾਂ ਨੇ ਸਾਫ਼ ਕਿਹਾ ਜਾਂ ਤਾਂ ਨਸ਼ਾ ਰਵੇਗਾ ਜਾਂ ਫਿਰ ਇਸ ਹਲਕੇ ਦੇ ਵਿੱਚ ਦਰਸ਼ਨ ਸਿੰਘ ਕੋਟਫਤਾ ਕੈਮਰਾਮੈਨ ਰਿੰਕੂ ਦੇ ਨਾਲ ਮੈਂ ਜਗਵੰਤ ਜਗਬਾਣੀ ਟੀਵੀ ਗੁਣਿਆਣਾ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ